ਸੰਗਤ ਜੀ, ਅੱਜ ਦਾ ਇਤਿਹਾਸ ਬਹੁਤ ਖਾਸ ਇਤਿਹਾਸ ਹੈ। ਅੱਜ ਉਸ ਖਾਸ ਅਤੇ ਮਹਾਨ ਔਰਤ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਜਿਹਦਾ ਸੰਬੰਧ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਹੁਤ ਗੂੜਾ ਸੀ, ਜਿਨ੍ਹਾਂ ਦਾ ਨਾਮ ਹੈ ਬੇਬੇ ਨਾਨਕੀ ਜੀ। ਇਤਿਹਾਸ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰਿਓ, ਬਹੁਤ ਇਤਿਹਾਸਿਕ ਖੋਜ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਉਣ ਜਾ ਰਹੇ ਹਾਂ। ਸੰਗਤ ਜੀ, ਬੇਬੇ ਨਾਨਕੀ ਜੀ ਦਾ ਨਾਮ, ਜਿੱਥੇ ਨਾਨਕ ਦਾ ਨਾਮ ਆਉਂਦਾ ਹੈ ਉੱਥੇ ਬੇਬੇ ਨਾਨਕੀ ਦਾ ਨਾਮ ਆਪਣੇ ਆਪ ਹੀ ਆ ਜਾਂਦਾ ਹੈ। ਬੇਬੇ ਨਾਨਕੀ ਜੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਤੋਂ 5 ਸਾਲ ਵੱਡੇ ਸਨ। ਆਪ ਜੀ ਦਾ ਜਨਮ ਮਹਿਤਾ ਕਲਿਆਣ ਦਾਸ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਪਿਤਾ ਜੀ ਵੀ ਇਹੀ ਸਨ, ਨਾਨਕੇ ਪਿੰਡ ਚਹਿਲ ਦੇ ਵਿੱਚ 1464 ਈਸਵੀ ਨੂੰ ਹੋਇਆ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਹਿਚਾਨਣ ਵਾਲੀ ਬੇਬੇ ਨਾਨਕੀ ਉਹ ਇਸਤਰੀ ਸੀ ਜਿਨ੍ਹਾਂ ਨੇ ਆਪਣੀ ਰੂਹਾਨੀ ਅੱਖ ਦੇ ਨਾਲ ਇਹ ਪੜ੍ਹ ਲਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੀ ਜੋਤ ਹੈ। ਸੰਗਤ ਜੀ, ਭੈਣ ਨਾਨਕੀ ਜੀ ਦਾ ਨਾਨਕੇ ਪਿੰਡ ਜਨਮ ਹੋਣ ਕਰਕੇ ਹੀ ਨਾਨਕੀ ਨਾਮ ਰੱਖਿਆ ਗਿਆ। ਭੈਣ ਨਾਨਕੀ ਜਦੋਂ ਵੱਡੇ ਹੁੰਦੇ ਨੇ ਤਾਂ ਉਹਨਾਂ ਦਾ ਵਿਆਹ ਤਕਰੀਬਨ 12 ਕੁ ਸਾਲ ਦੀ ਉਮਰ ਦੇ ਵਿੱਚ ਸੰਨ 1475 ਦੇ ਵਿੱਚ ਭਾਈ ਜੈ ਰਾਮ ਜੀ ਦੇ ਨਾਲ ਹੋ ਜਾਂਦਾ ਹੈ, ਜੋ ਕਿ ਸੁਲਤਾਨਪੁਰ ਲੋਧੀ ਦੇ ਇੱਕ ਚੰਗੇ ਅਹੁਦੇ ਉੱਤੇ ਸਨ, ਉੱਥੋਂ ਦੇ ਦੀਵਾਨ ਸਨ। ਭੈਣ ਨਾਨਕੀ ਜੀ ਨੂੰ 15 ਕੁ ਸਾਲ ਤਕਰੀਬਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। 3 ਸਾਲ ਭੈਣ ਨਾਨਕੀ ਸੁਲਤਾਨਪੁਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਹੇ ਸਨ। 1504 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ਦੇ ਵਿੱਚ ਮੋਦੀ ਦੀ ਡਿਊਟੀ ਸੰਭਾਲਦੇ ਨੇ ਤਾਂ ਭੈਣ ਨਾਨਕੀ ਜੀ ਆਪਣਾ ਵੱਡਾ ਘਰ ਆਪਣੇ ਵੀਰ ਨੂੰ ਦੇ ਦਿੰਦੇ ਨੇ ਅਤੇ ਆਪ ਛੋਟੇ ਘਰ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ, ਦੂਸਰੇ ਘਰ ਦੇ ਵਿੱਚ ਨਿੱਕੇ ਘਰ 'ਚ ਰਹਿਣ ਚਲੇ ਜਾਂਦੇ ਨੇ। ਉਹਨਾਂ ਨੂੰ ਪਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਾਧੂਆਂ ਸੰਤਾਂ ਦਾ ਅਹਿਲਕਾਰਾਂ ਦਾ ਆਉਣਾ ਜਾਣਾ ਬਹੁਤ ਹੈ, ਤਾਂ ਉਹਨਾਂ ਨੂੰ ਵੱਡਾ ਘਰ ਦੇ ਦਿੱਤਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਪਿਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਸਭ ਤੋਂ ਪਹਿਲਾਂ ਭੈਣ ਨਾਨਕੀ ਜੀ ਅੱਗੇ ਆਉਂਦੇ ਸਨ। ਜਦੋਂ ਪਿੰਡ ਚੂਹੜਕਾਣੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ 20 ਰੁਪਏ ਦਾ ਲੰਗਰ ਲਾ ਕੇ, ਜੋ ਕਿ ਉਹਨਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਵਪਾਰ ਦੇ ਵਾਸਤੇ ਦਿੱਤੇ ਸਨ, ਤਾਂ ਗੁੱਸੇ ਦੇ ਵਿੱਚ ਜਦੋਂ ਪਿਤਾ ਉਹਨਾਂ ਦੇ ਵੱਲ ਵੱਧਦੇ ਸਨ ਤਾਂ ਭੈਣ ਨਾਨਕੀ ਜੀ ਹੀ ਅੱਗੇ ਹੋ ਕਰਕੇ ਆਪਣੇ ਭਰਾ ਨੂੰ ਪਿਤਾ ਦੀ ਨਾਰਾਜ਼ਗੀ ਤੋਂ ਬਚਾਉਂਦੇ ਸਨ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਬਾਬ ਖਰੀਦਣੀ ਸੀ ਤਾਂ ਭਾਈ ਮਰਦਾਨਾ ਜੀ ਨੂੰ ਭੈਣ ਨਾਨਕੀ ਜੀ ਦੇ ਪਾਸ ਭੇਜਦੇ ਨੇ ਕਿ ਭਾਈ, ਭੈਣ ਨਾਨਕੀ ਸਾਨੂੰ ਰਬਾਬ ਦਵਾਏਗੀ, ਅਤੇ ਫਿਰੰਦੇ ਦੇ ਕੋਲੋਂ ਰਬਾਬ ਲੈ ਕੇ ਆਉਂਦੇ ਨੇ ਭਾਈ ਮਰਦਾਨਾ ਜੀ। ਤਾਂ ਭੈਣ ਨਾਨਕੀ ਜੀ ਭਾਈ ਮਰਦਾਨੇ ਨੂੰ ਉਦੋਂ ਰਬਾਬ ਖਰੀਦਣ ਦੇ ਵਾਸਤੇ ਆਪਣੇ ਕੋਲੋਂ 1 ਰੁਪਈਆ ਦਿੰਦੇ ਨੇ, ਅਤੇ ਭੈਣ ਨਾਨਕੀ ਜੀ ਦਾ ਬਹੁਤ ਹੀ ਪਿਆਰ ਸੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ। ਸੰਗਤ ਜੀ, ਭੈਣ ਨਾਨਕੀ ਦਾ ਆਪਣਾ ਕੋਈ ਬਾਲਕ, ਆਪਣਾ ਕੋਈ ਬੱਚਾ ਨਹੀਂ ਸੀ, ਉਹਨਾਂ ਦਾ ਮੋਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਹੁਤ ਸੀ, ਅਤੇ ਭੈਣ ਨਾਨਕੀ ਜੀ ਨੇ ਤਕਰੀਬਨ 54 ਸਾਲ ਦੀ ਉਮਰ ਭੋਗੀ ਹੈ ਇਤਿਹਾਸ ਦੇ ਵਿੱਚ। 1518 ਦੇ ਵਿੱਚ ਭੈਣ ਨਾਨਕੀ ਜੀ ਚਲਾਣਾ ਕਰਦੇ ਨੇ, ਅਤੇ ਇੱਕ ਹੋਰ ਅਲੌਕਿਕ ਖੇਡ ਹੁੰਦੀ ਹੈ ਕਿ ਜਦੋਂ ਭੈਣ ਨਾਨਕੀ ਜੀ 1518 ਦੇ ਵਿੱਚ ਚਲਾਣਾ ਕਰ ਜਾਂਦੇ ਨੇ, 3 ਦਿਨਾਂ ਬਾਅਦ ਹੀ ਉਹਨਾਂ ਦੇ ਪਤੀ ਭਾਈ ਜੈ ਰਾਮ ਜੀ ਵੀ ਚਲਾਣਾ ਕਰ ਜਾਂਦੇ ਨੇ। ਐਸੀ ਸੀ ਭੈਣ ਨਾਨਕੀ, ਬੇਬੇ ਨਾਨਕੀ, ਸਤਿਗੁਰੂ ਨਾਨਕ ਦੀ ਭੈਣ। ਜਦੋਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਵੇਈ ਨਦੀ ਦੇ ਵਿੱਚ ਡੁੱਬਣ ਦੀ ਖਬਰ ਮਿਲਦੀ ਹੈ, ਲੋਕ ਆ ਕੇ ਕਹਿੰਦੇ ਨੇ ਕਿ ਨਾਨਕ ਵੇਈ ਨਦੀ ਦੇ ਵਿੱਚ ਡੁੱਬ ਗਿਆ, ਅਤੇ ਭੈਣ ਨਾਨਕੀ ਲੋਕਾਂ ਨੂੰ ਕਹਿੰਦੀ ਹੈ ਨਹੀਂ, ਨਾਨਕ ਡੁੱਬ ਨਹੀਂ ਸਕਦਾ, ਕਿਉਂਕਿ ਨਾਨਕ ਤਾਂ ਜਗਤ ਨੂੰ ਤਾਰਨ ਵਾਸਤੇ ਆਇਆ, ਉਹ ਕਿਵੇਂ ਡੁੱਬ ਸਕਦਾ ਹੈ। ਉਹਨਾਂ ਦਾ ਇੰਨਾ ਵਿਸ਼ਵਾਸ ਸੀ ਆਪਣੇ ਭਰਾ ਦੇ ਉੱਤੇ, ਜਿਨ੍ਹਾਂ ਨੇ ਉਸਨੂੰ ਅੱਲਾ ਦਾ ਨੂਰ, ਪਰਮਾਤਮਾ ਦਾ ਨੂਰ, ਰੱਬ ਦਾ ਨੂਰ ਕਰਕੇ ਜਾਣਿਆ, ਅਤੇ ਉਸ ਭੈਣ ਨਾਨਕੀ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਦਾ ਇਤਿਹਾਸ ਜਾਣਿਆ। ਤੋ ਸੰਗਤ ਜੀ, ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ, ਚੰਗਾ ਲੱਗੇ ਤਾਂ ਜ਼ਰੂਰ ਦਾਸ ਨੂੰ ਅਸੀਸ ਬਖਸ਼ੋ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।